ਫਲਾਈਓਵਰ ਦੇ ਵਿੱਚੋ ਵਿੱਚ ਪੈ ਗਿਆ ਪਾਟ, ਡੂੰਘੇ ਟੋਏ ਚੋ ਦਿਖਣ ਲੱਗੀ ਹੇਠਾਂ ਵਾਲੀ ਸੜਕ, ਕਦੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ। ਜੀ ਹਾਂ, ਫਲਾਈਓਵਰ ਦੇ ਵਿੱਚੋ ਵਿੱਚ ਪਾੜ ਪੈ ਗਿਆ ਹੈ, ਡੂੰਘਾ ਟੋਇਆ ਨਿਕਲ ਆਇਆ ਹੈ, ਜਿਸ ਦੇ ਵਿੱਚੋਂ ਹੇਠਾਂ ਵਾਲੀ ਸੜਕ ਵੀ ਆਰ ਪਾਰ ਨਜ਼ਰ ਆ ਰਹੀ ਹੈ। ਵੱਡੀ ਗੱਲ ਇਹ ਹੈ ਕਿ ਇਸ ਟੁੱਟੇ ਹੋਏ ਫਲਾਈਓਵਰ ਤੋਂ ਆਵਾਜਾਈ ਵੀ ਬਹਾਲ ਹੈ, ਜਿਸ ਕਾਰਨ ਕਦੇ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਤਸਵੀਰਾਂ ਲੁਧਿਆਣਾ ਸ਼ਹਿਰ ਦੇ ਦੱਖਣੀ ਬਾਈਪਾਸ ਫਲਾਈਓਵਰ ਦੀਆਂ ਨੇ, ਜਿੱਥੇ ਫਲਾਈਓਵਰ ਦੇ ਵਿਚਾਲੇ ਡੂੰਘਾ ਪਾੜ ਪੈ ਗਿਆ ਹੈ। ਗੌਰ ਨਾਲ ਦੇਖੋਗੇ ਤਾਂ ਇਸ ਟੋਏ ਦੇ ਵਿੱਚੋਂ ਹੇਠਾਂ ਵਾਲੀ ਸੜਕ ਵੀ ਬਿਲਕੁਲ ਸਾਫ਼ ਨਜ਼ਰ ਆ ਰਹੀ ਹੈ। ਪ੍ਰਸ਼ਾਸਨ ਦੇ ਵੱਲੋਂ ਇਸ ਟੋਏ ਦੇ ਦੁਆਲੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ, ਪਰ ਆਵਾਜਾਈ ਨਹੀਂ ਰੋਕੀ ਗਈ। ਟੋਏ ਦੇ ਆਸੇ ਪਾਸੇ ਟੇਪ ਲਗਾ ਕੇ ਮਿੱਟੀ ਦੀਆਂ ਬੋਰੀਆਂ ਲਗਾ ਰੱਖੀਆਂ ਨੇ, ਤਾਂ ਜੋ ਰਾਹਗੀਰ ਇਸ ਟੋਏ ਕਾਰਨ ਕਿਸੇ ਮੁਸੀਬਤ 'ਚ ਨਾ ਫਸ ਜਾਣ। ਪਰ ਵੱਡੀ ਗੱਲ ਇਹ ਹੈ ਕਿ ਇਸੇ ਟੁੱਟੇ ਹੋਏ ਫਲਾਈਓਵਰ ਤੋਂ ਸਾਰੇ ਵਾਹਨ ਗੁਜ਼ਰ ਵੀ ਰਹੇ ਨੇ। ਸ਼ਹਿਰ ਵਾਸੀਆਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਸਾਰੀ ਲਾਪਰਵਾਹੀ ਪ੍ਰਸ਼ਾਸਨ ਦੀ ਹੈ। ਫਲਾਈਓਵਰ ਬਣਾਉਣ ਵੇਲੇ ਵਰਤੇ ਗਏ ਮਟੀਰੀਅਲ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ, ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਫਲਾਈਓਵਰ 'ਚ ਪਾੜ ਪੈਣ ਤੋਂ ਬਾਅਦ ਵੀ ਆਵਾਜਾਈ ਬਹਾਲ ਹੈ। ਸਿਰਫ ਟੇਪ ਲਗਾ ਕੇ ਬੈਰੀਕੇਡਿੰਗ ਕਰਕੇ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਇਸੇ ਲਈ ਰਾਹਗੀਰ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ, ਜੋ ਹਾਲੇ ਤੱਕ ਇਸ ਫਲਾਈਓਵਰ ਨੂੰ ਬਹਾਲ ਰੱਖਿਆ ਹੋਇਆ ਹੈ ਤੇ ਇਸ ਦੀ ਮੁਰੰਮਤ ਬਾਰੇ ਸੋਚਿਆ ਨਹੀਂ ਜਾ ਰਿਹਾ। ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਾਂ ਫਿਰ ਉਸਦਾ ਜ਼ਿੰਮੇਵਾਰ ਕੌਣ ਹੋਏਗਾ? ਇਸ ਲਈ ਰਾਹਗੀਰਾਂ ਦੇ ਵੱਲੋਂ ਹੁਣ ਪ੍ਰਸ਼ਾਸਨ ਨੂੰ ਇਹ ਗੁਹਾਰ ਲਗਾਈ ਜਾ ਰਹੀ ਹੈ, ਅਪੀਲ ਕੀਤੀ ਜਾ ਰਹੀ ਹੈ ਕਿ ਤੁਰੰਤ ਇਸ ਫਲਾਈਓਵਰ ਦੀ ਮੁਰੰਮਤ ਕਰਵਾਈ ਜਾਏ, ਨਹੀਂ ਤਾਂ ਹੌਲੀ ਹੌਲੀ ਕਰਕੇ ਪੂਰਾ ਦਾ ਪੂਰਾ ਫਲਾਈਓਵਰ ਹੀ ਇਸੇ ਤਰ੍ਹਾਂ ਪਾੜ ਜਾਏਗਾ ਅਤੇ ਕੋਈ ਵੱਡਾ ਹਾਦਸਾ ਵਾਪਰ ਜਾਏਗਾ। ਕਿਸ ਤਰ੍ਹਾਂ ਦੇਖਦੇ ਹੋ, ਕੀ ਕਹਿਣਾ ਚਾਹੋਗੇ? ਇਹ ਤਾਂ ਬੜਾ ਜਾਨ ਨੂੰ ਖਤਰਾ ਜੀ, ਇਹ ਤਾਂ ਬੜੀ ਵੱਡੀ ਗੱਲ ਹੈ। ਇਹ ਤਾਂ ਮਤਲਬ ਸਾਰੇ ਆਪਣੀ ਆਵਾਮ ਨਾਲ ਖਿਲਵਾੜ ਹੈ, ਬਹੁਤ ਡੇਂਜਰ ਆ ਸਾਡੀ ਲਾਈਫ ਨੂੰ। ਲੱਗਦਾ ਕਿ ਥੋੜ੍ਹਾ ਸਮਾਂ ਹੀ ਹੋਇਆ ਬਣੇ ਨੂੰ, ਪਰ ਜੇਕਰ ਅਜਿਹੇ ਹੋ ਰਹੇ ਨੇ ਹਾਦਸੇ, ਜਿੱਦਾਂ ਅਸੀਂ ਬਿਹਾਰ ਦੇ ਵਿੱਚ ਦੇਖਿਆ ਕਿ ਪੁਲ ਡਿੱਗਦੇ ਨੇ, ਲੱਗਦਾ ਕਿ ਵੱਡਾ ਹਾਦਸਾ ਜਿਹੜਾ ਹੋ ਸਕਦਾ। ਮੈਂ ਤਾਂ ਹੀ ਕਹਿ ਰਿਹਾ, ਇਹ ਤਾਂ ਆਪ ਬੜੇ ਹੁਣ ਇੱਥੋਂ ਸੋਚਦੇ ਪਏ ਕਿ ਨੰਗਿਆ ਕਰੀਏ ਨਾ ਨੰਗਿਆ ਕਰੀਏ। ਫਲਾਈਓਵਰ ਦੇ ਵਿੱਚੋ ਵਿੱਚ ਪੈ ਗਿਆ ਪਾੜ, ਡੂੰਘੇ ਟੋਏ 'ਚੋਂ ਦਿਖਣ ਲੱਗੀ ਹੇਠਾਂ ਵਾਲੀ ਸੜਕ, ਕਦੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ। ਜੀ ਹਾਂ, ਫਲਾਈਓਵਰ ਦੇ ਵਿੱਚੋ ਵਿੱਚ ਪਾੜ ਪੈ ਗਿਆ ਹੈ, ਡੂੰਘਾ ਟੋਇਆ ਨਿਕਲ ਆਇਆ ਹੈ, ਜਿਸ ਦੇ ਵਿੱਚੋਂ ਹੇਠਾਂ ਵਾਲੀ ਸੜਕ ਵੀ ਆਰ ਪਾਰ ਨਜ਼ਰ ਆ ਰਹੀ ਹੈ। ਵੱਡੀ ਗੱਲ ਇਹ ਹੈ ਕਿ ਇਸ ਟੁੱਟੇ ਹੋਏ ਫਲਾਈਓਵਰ ਤੋਂ ਆਵਾਜਾਈ ਵੀ ਬਹਾਲ ਹੈ, ਜਿਸ ਕਾਰਨ ਕਦੇ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਤਸਵੀਰਾਂ ਲੁਧਿਆਣਾ ਸ਼ਹਿਰ ਦੇ ਦੱਖਣੀ ਬਾਈਪਾਸ ਫਲਾਈਓਵਰ ਦੀਆਂ ਨੇ, ਜਿੱਥੇ ਫਲਾਈਓਵਰ ਦੇ ਵਿਚਾਲੇ ਡੂੰਘਾ ਪਾੜ ਪੈ ਗਿਆ ਹੈ। ਗੌਰ ਨਾਲ ਦੇਖੋਗੇ ਤਾਂ ਇਸ ਟੋਏ ਦੇ ਵਿੱਚੋਂ ਹੇਠਾਂ ਵਾਲੀ ਸੜਕ ਵੀ ਬਿਲਕੁਲ ਸਾਫ਼ ਨਜ਼ਰ ਆ ਰਹੀ ਹੈ। ਪ੍ਰਸ਼ਾਸਨ ਦੇ ਵੱਲੋਂ ਇਸ ਟੋਏ ਦੇ ਦੁਆਲੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ, ਪਰ ਆਵਾਜਾਈ ਨਹੀਂ ਰੋਕੀ ਗਈ। ਟੋਏ ਦੇ ਆਸੇ ਪਾਸੇ ਟੇਪ ਲਗਾ ਕੇ ਮਿੱਟੀ ਦੀਆਂ ਬੋਰੀਆਂ ਲਗਾ ਰੱਖੀਆਂ ਨੇ, ਤਾਂ ਜੋ ਰਾਹਗੀਰ ਇਸ ਟੋਏ ਕਾਰਨ ਕਿਸੇ ਮੁਸੀਬਤ 'ਚ ਨਾ ਫਸ ਜਾਣ। ਪਰ ਵੱਡੀ ਗੱਲ ਇਹ ਹੈ ਕਿ ਇਸੇ ਟੁੱਟੇ ਹੋਏ ਫਲਾਈਓਵਰ ਤੋਂ ਸਾਰੇ ਵਾਹਨ ਗੁਜ਼ਰ ਵੀ ਰਹੇ ਨੇ। ਸ਼ਹਿਰ ਵਾਸੀਆਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਸਾਰੀ ਲਾਪਰਵਾਹੀ ਪ੍ਰਸ਼ਾਸਨ ਦੀ ਹੈ। ਫਲਾਈਓਵਰ ਬਣਾਉਣ ਵੇਲੇ ਵਰਤੇ ਗਏ ਮਟੀਰੀਅਲ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ, ਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਫਲਾਈਓਵਰ 'ਚ ਪਾੜ ਪੈਣ ਤੋਂ ਬਾਅਦ ਵੀ ਆਵਾਜਾਈ ਬਹਾਲ ਹੈ। ਸਿਰਫ ਟੇਪ ਲਗਾ ਕੇ ਬੈਰੀਕੇਡਿੰਗ ਕਰਕੇ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਇਸੇ ਲਈ ਰਾਹਗੀਰ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ, ਜੋ ਹਾਲੇ ਤੱਕ ਇਸ ਫਲਾਈਓਵਰ ਨੂੰ ਬਹਾਲ ਰੱਖਿਆ ਹੋਇਆ ਹੈ ਤੇ ਇਸ ਦੀ ਮੁਰੰਮਤ ਬਾਰੇ ਸੋਚਿਆ ਨਹੀਂ ਜਾ ਰਿਹਾ। ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਾਂ ਫਿਰ ਉਸਦਾ ਜ਼ਿੰਮੇਵਾਰ ਕੌਣ ਹੋਏਗਾ? ਇਸ ਲਈ ਰਾਹਗੀਰਾਂ ਦੇ ਵੱਲੋਂ ਹੁਣ ਪ੍ਰਸ਼ਾਸਨ ਨੂੰ ਇਹ ਗੁਹਾਰ ਲਗਾਈ ਜਾ ਰਹੀ ਹੈ, ਅਪੀਲ ਕੀਤੀ ਜਾ ਰਹੀ ਹੈ ਕਿ ਤੁਰੰਤ ਇਸ ਫਲਾਈਓਵਰ ਦੀ ਮੁਰੰਮਤ ਕਰਵਾਈ ਜਾਏ, ਨਹੀਂ ਤਾਂ ਹੌਲੀ ਹੌਲੀ ਕਰਕੇ ਪੂਰਾ ਦਾ ਪੂਰਾ ਫਲਾਈਓਵਰ ਹੀ ਇਸੇ ਤਰ੍ਹਾਂ ਪਾੜ ਜਾਏਗਾ ਅਤੇ ਕੋਈ ਵੱਡਾ ਹਾਦਸਾ ਵਾਪਰ ਜਾਏਗਾ। ਕਿਸ ਤਰ੍ਹਾਂ ਦੇਖਦੇ ਹੋ, ਕੀ ਕਹਿਣਾ ਚਾਹੋਗੇ? ਇਹ ਤਾਂ ਬੜਾ ਜਾਨ ਨੂੰ ਖਤਰਾ ਜੀ, ਇਹ ਤਾਂ ਬੜੀ ਵੱਡੀ ਗੱਲ ਹੈ। ਇਹ ਤਾਂ ਮਤਲਬ ਸਾਰੇ ਆਪਣੀ ਆਵਾਮ ਨਾਲ ਖਿਲਵਾੜ ਹੈ,
ਬਹੁਤ ਡੇਂਜਰ ਆ ਸਾਡੀ ਲਾਈਫ ਨੂੰ। ਲੱਗਦਾ ਕਿ ਥੋੜ੍ਹਾ ਸਮਾਂ ਹੀ ਹੋਇਆ ਬਣੇ ਨੂੰ, ਪਰ ਜੇਕਰ ਅਜਿਹੇ ਹੋ ਰਹੇ ਨੇ ਹਾਦਸੇ ਜਿੱਦਾਂ ਅਸੀਂ ਬਿਹਾਰ ਦੇ ਵਿੱਚ ਦੇਖਿਆ ਕਿ ਪੁਲ ਡਿੱਗਦੇ ਨੇ, ਲੱਗਦਾ ਕਿ ਵੱਡਾ ਹਾਦਸਾ ਜਿਹੜਾ ਹੋ ਸਕਦਾ। ਮੈਂ ਤਾਂ ਹੀ ਕਹਿ ਰਿਹਾ ਸੀ, ਤਾਂ ਆਪ ਬੜੇ ਹੁਣ ਇੱਥੋਂ ਸੋਚਦੇ ਪਏ ਕਿ ਲੰਘਿਆ ਕਰੀਏ ਨਾ ਲੰਘਿਆ ਕਰੀਏ।